ਰੈਡੀ ਕੈਨੇਡਾ ਵਿੱਚ ਫਰਜੀ ਦਾਖਲਿਆਂ ਦੇ ਚੱਕਰ ਵਿੱਚ ਫਸੇ 700 ਭਾਰਤੀ ਵਿਦਿਆਰਥੀ ਉੱਥੇ ਬੜੇ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਡੰਡੀ ਇਸ ਸੰਬੰਧੀ ਕੈਨੇਡਾ ਦੀ ਦਾ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਮੁੱਖ ਆਗੂ ਜਗਮੀਤ ਸਿੰਘ ਨੇ ਵੀ ਕੈਨੇਡਾ ਦੀ ਸੰਸਦ ਵਿੱਚ ਇਹਨਾਂ ਵਿਦਿਆਰਥੀਆਂ ਨਾਲ ਸੰਬੰਧਿਤ ਮਾਮਲਿਆਂ ਨੂੰ ਗੰਭੀਰਤਾ ਨਾਲ ਕੋਖਣਾ ਤੇ ਇਸ ਮਸਲੇ ਦਾ ਕੋਈ ਚੰਗਾ ਹੱਲ ਕੱਢਣ ਦੀ ਗੱਲ ਕਹੀ ਹੈ ਡੰਡੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਵਿਸ਼ਵਾਸ ਦਵਾਇਆ ਹੈ ਕਿ ਇਹਨਾਂ ਵਿਦਿਆਰਥੀਆਂ ਦੇ ਕਿਸਾਂ ਨੂੰ ਹਰ ਪੱਖ ਤੋਂ ਵਿਚਾਰਿਆ ਜਾਵੇਗਾ ਤਾਂ ਜੋ ਮਸਲੇ ਦਾ ਕੋਈ ਚੰਗਾ ਹੱਲ ਕੱਢਿਆ ਜਾ ਸਕੇ ਦੰਡੀ ਉਹਨਾ ਇਹ ਵੀ ਕਿਹਾ ਕਿ ਕੌ ਮੰਤਰੀ ਵਿਦਿਆਰਥੀਆਂ ਨੇ ਦੇਸ਼ ਦੀ ਬਿਹਤਰੀ ਵਿੱਚ ਆਪਣੇ ਢੰਗ ਨਾਲ ਯੋਗਦਾਨ ਪਾਇਆ ਹੈ ਦੰਡੀ ਮਾਰਚ ਦੇ ਮਹੀਨੇ ਵਿੱਚ ਸਥਾਈ ਨਿਵਾਸ ਅਰਜੀ ਦੇਣ ਸਮੇਂ ਇਹ ਗੱਲ ਸਾਹਮਣੇ ਆਈ ਸੀ ਕੇ ਇਨਾਮ ਵਿਦਿਆਰਥੀਆਂ ਦੇ ਕੈਨੇਡਾ ਆਉਣ ਲਈ ਲਾਏ ਗਏ ਦਾਸਤਾਵੇਜ਼ ਫਰਜੀ ਸਨ ਡੰਡੀ ਵਿਦਿਆਰਥੀਆਂ ਦਾ ਇਹ ਪੱਖ ਹੈ ਕਿ ਉਹਨਾਂ ਨਾਲ ਇਹ ਜਨਤਾ ਅਤੇ ਇਮੀਗ੍ਰੇਸ਼ਨ ਕੰਪਨੀਆਂ ਨੇ ਧੋਖਾ ਕੀਤਾ ਹੈ ਜਿੱਥੋਂ ਤੱਕ ਇਹ ਜਨਤਾ ਅਤੇ ਕੰਪਨੀਆਂ ਦਾ ਸੰਬੰਧ ਹੈ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਸਾਹਮਣੇ ਆਉਂਦੀ ਰਹੀ ਹੈ ਕਿ ਇਸ ਕਿੱਤੇ ਨਾਲ ਜੁੜੇ ਕਈ ਵਿਅਕਤੀ ਅਤੇ ਕੰਪਨੀਆਂ ਫਰਜੀ ਦਸਤਾਵੇਜ਼ ਤਿਆਰ ਕਰਕੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜ ਦਿੰਦੀਆਂ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦਾ ਰੈਡੀ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਅਜਹੀ ਉਲਝਣ ਵਿੱਚ ਫਸੇ ਨੌਜਵਾਨਾਂ ਦਾ ਭਵਿੱਖ ਬੇहद ਧੁੰਦਲਾ ਹੋ ਜਾਂਦਾ ਹੈ ਡੰਡੀ ਸਾਹਮਣੇ ਆਏ ਇਸ ਮਸਲੇ ਨੇ ਸਾਡੇ ਸਮਾਜ ਸਾਹਮਣੇ ਹੋਰ ਵੀ ਅਨੇਕਾਂ ਸਵਾਲ ਲਿਆ ਖੜੇ ਕੀਤੇ ਹਨ ਡੰਡੀ ਬਿਨਾਂ ਸ਼ੱਕ ਅੱਜ ਵੱਡੀ ਗਿਣਤੀ ਵਿੱਚ ਦੇਸ਼ ਦੇ ਨੌਜਵਾਨ ਵਿਦੇਸ਼ਾਂ ਵਿੱਚ ਅਤੇ ਦੇਸ਼ ਅੰਦਰ ਵੀ ਬੇहद ਕਿਠਨਾਈਆਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਹਨ ਉਹਨਾਂ ਨੂੰ ਆਪਣਾ ਭਵਿੱਖ ਬੇਹੱਦ ਧੁੰਦਲਾ ਅਤੇ ਅਨਿਸ਼ਚਿਤ ਜਾਪਦਾ ਹੈ ਡੰਡੀ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਮਾਜ ਵਿੱਚ ਲਗਾਤਾਰ ਅਪਰਾਧ ਵੱਧਦੇ ਜਾ ਰਹੇ ਹਨ ਡੰਡੀ ਇਸ ਦੇ ਨਾਲ ਹੀ ਨਸ਼ਿਆਂ ਦੇ ਚਲਨ ਨੇ ਸਾਡੀ ਬਹੁਤੀ ਜਵਾਨੀ ਨੂੰ ਛਲਣੀ ਕਰਕੇ ਰੱਖ ਦਿੱਤਾ ਹੈ ਡੰਡੀ ਸਾਡੀਆਂ ਸਰਕਾਰਾਂ ਲਗਾਤਾਰ ਵੱਧਦੀ ਆਬਾਦੀ ਉੱਤੇ ਵੀ ਕਾਬੂ ਨਹੀਂ ਪਾ ਸਕੀਆਂ ਅਤੇ ਨਾ ਹੀ ਆਪਣੇ ਨੌਜਵਾਨਾਂ ਨੂੰ ਕੋਈ ਬਿਹਤਰ ਦਿਸ਼ਾ ਹੀ ਦਿਖਾ ਸਕੀਆਂ ਹਨ ਡੰਡੀ ਹਾਲਤ ਇਹ ਹੈ ਕਿ ਵਿਕਾਸ ਦੇ ਬੱਦਦੇ ਕਦਮਾਂ ਤੋਂ ਕਿਤੇ ਵਧੇਰੇ ਬੇਰੁਜ਼ਗਾਰੀ ਵੱਧ ਜਾਂਦੀ ਹੈ ਡੰਡੀ ਇਸ ਹਾਲਾਤ ਵਿੱਚ ਲਗਾਤਾਰ ਵੱਧਦੀ ਆਬਾਦੀ ਉੱਤੇ ਕਾਬੂ ਪਾਉਣ ਤੋਂ ਬਗੈਰ ਕੋਈ ਹੋਰ ਹੱਲ ਨਜ਼ਰ ਨਹੀਂ ਆਉਂਦਾ ਡੰਡੀ ਅਜ਼ਾਦੀ ਤੋਂ ਬਾਅਦ ਲਗਭਗ ਸਾਰੀਆਂ ਹੀ ਸਰਕਾਰਾਂ ਨੇ ਬੇਰੁਜ਼ਗਾਰੀ ਨੂੰ ਕਾਬੂ ਵਿੱਚ ਰੱਖਣ ਲਈ ਯਤਨ ਜ਼ਰੂਰ ਕੀਤੇ ਪਰ ਉਹ ਇਸ ਵਿੱਚ ਸਫਲ ਨਾ ਹੋ ਸਕੀਆਂ ਡੰਡੀ ਸਮੇਂ-ਸਮੇਂ ਅਨੇਕਾਂ ਕਾਰਨਾ ਕਰਕੇ ਦੇਸ਼ ਨੂੰ ਮੰਦੀ ਦੇ ਹਾਲਾਤ ਵਿੱਚੋਂ ਵੀ